ਸਲਾਮ ਅਲੈਕਮ ਦੋਸਤੋ, ਅੱਜ ਜਨਾਬ ਅਸੀਂ ਪਹੁੰਚੇ ਹਾਂ ਪਾਕ ਪਤਨ ਦੇ ਇਲਾਕੇ 'ਚ, ਭਾਈ ਨਵਾਬ ਚੰਨਣ ਦੇ ਡੇਰੇ 'ਤੇ। ਇਹਨਾਂ ਕੋਲ ਨਾ ਝੋਟੀਆਂ ਨੇ ਬਹੁਤ ਕਮਾਲ ਦੀਆਂ, ਨੀਲੀ ਬਾਰ ਦੀਆਂ। ਇੱਕ ਝੋਟੀ ਦੀ ਤਾਂ ਖਰੀਦਦਾਰੀ ਕਰ ਲਈ ਹੈ ਜਨਾਬ, ਵਾਰਫ ਵਾਲੇ ਭੇਜਣੀ ਅਤੇ ਲੋਡ ਕਰ ਲਈ, ਅਤੇ ਜਿਹੜੀਆਂ ਦੂਸਰੀਆਂ ਨੇ ਉਹ ਵੀ ਚੈੱਕ ਕਰਾ ਦਈਏ। ਮੈਂ ਕਿਹਾ ਜੇ ਕੋਈ ਸ਼ੌਕੀਨ ਬੰਦੇ ਆਉਣ, ਇੱਦਾਂ ਹੀ ਹੈ ਨਾ? ਇੱਦਾਂ ਹੀ ਹੈ ਬਿਲਕੁਲ। ਹਾਂਜੀ, ਅਤੇ ਭਾਈ ਨਵਾਬ ਨਾਲ ਵੀ ਸਲਾਮ ਦੁਆ ਲੈਂਦੇ ਹਾਂ ਅਤੇ ਤੁਹਾਨੂੰ ਜਿਹੜਾ ਨਾ ਇਹਨਾਂ ਦੀ ਗੱਲਬਾਤ ਵੀ ਸਾਰੀ ਦੱਸੇਗਾ। ਅਸਲਾਮ ਵਾਲੇਕਮ ਭਾਈ ਨਵਾਬ। ਵਾਲੇਕਮ ਸਲਾਮ, ਕੀ ਹਾਲ ਰਿਹਾ? ਸਭ ਠੀਕ ਹੋ? ਅਲਹਮਦੁਲਿਲਾ ਭਾਈ ਨਵਾਬ ਚੰਨੜ, ਤੁਸੀਂ ਸੁਣਾਓ, ਸਿਹਤਾਂ ਤਬੀਤਾਂ ਠੀਕ ਨੇ? ਸ਼ੁਕਰ ਭਾਈ ਜਾਨ, ਠੀਕ ਠਾਕ। ਬਾਕੀ ਤੁਹਾਨੂੰ ਮੈਂ ਕਿਹਾ ਵੀ ਸ਼ੌਕ ਕਰਾਓ, ਚਲੋ ਕੋਈ ਨਹੀਂ, ਕਈ ਬੰਦੇ ਸ਼ੌਕ ਕਰਦੇ ਨੇ। ਹਾਂਜੀ ਰਾਏ ਸਾਹਿਬ, ਤੁਹਾਨੂੰ ਆਖਿਆ ਬਈ ਅਗਲੀ ਜੋਟੀ ਲਈ ਨੇ ਤੇ ਉਹਦੇ ਚ ਕੋਈ ਗਾਲ ਉਲਾ, ਮੈਂ ਤੁਹਾਨੂੰ ਆਇਆ ਤੇ ਲਾਈ ਹੈ, ਤੁਸੀਂ ਸੇਲ ਹੋ ਗਈ। ਜ਼ਿੰਦਾਬਾਦ, ਬਿਲਕੁਲ। ਤੇ ਇਹ ਜੋਟੀ ਆਈ ਸਾਡੀ ਪਸੰਦ ਦੀ ਲਾ। ਅੱਛਾ, ਤੇ ਬਾਈਆਂ ਦੇ ਪਸੰਦ ਨਾ ਆਵੇ ਤੇ ਫੇਰ ਆਖੇ। ਜੇ ਕੋਈ ਮਾਲ ਨੂੰ ਸਮਝਣ ਵਾਲਾ ਬੰਦਾ ਹੋਵੇ, ਜੇ ਲੱਕਾਂ ਦੀਆਂ ਗੱਲਾਂ ਤੇ ਲੱਗੇ ਹੋਏ ਜਿਹੜੇ ਬੰਦੇ ਨੇ, ਉਹ ਖਰੀਦਦਾਰੀ ਇਸ ਜੋਟੀ ਦੀ ਨਹੀਂ ਕਰ ਸਕਦੇ। ਜ਼ਿੰਦਾਬਾਦ। ਜਿਹੜੇ ਆਖੇ ਨਾ ਬਈ ਸ਼ੁਕੀਨੀ, ਅੱਜ ਜਿਹੜੇ ਬੰਦੇ ਬਣੇ ਫਿਰਦੇ ਨੇ, ਉਹ ਬਣੇ ਫਿਰਦੇ ਨੇ ਚੈਨਲ ਵਾਲਿਆਂ ਦੀ ਪੜ੍ਹੀ ਲਿਖੀ ਗੱਲ ਤੇ। ਸਹੀ। ਤੇ ਜਿਹੜੇ ਬੰਦੇ ਡਾਂਗਰੀ ਹੈ ਨਾ ਪਿਓਰ, ਉਹ ਤੇ ਜਾਨਵਰ ਨੂੰ ਵੈਸੇ ਹੀ ਸਮਝ ਲੈਂਦੇ ਨੇ। ਇੱਥੇ ਹੁਣ ਜੋਟੀ ਨੂੰ ਚੈੱਕ ਕਰ, ਇਸ ਦਾ ਨਾਂ ਨੀਲੀ, ਮਗਰੂ ਮੈਂ ਅੱਗੂ ਵੇਖ ਕੱਟੀ। ਜ਼ਿੰਦਾਬਾਦ। ਇਹਨੂੰ ਆਦੇ ਨੀਲੀ, ਨੀਲੀ ਛੋਟੀ ਜੀ ਬੂਥੀ, ਤੇ ਇੱਥੇ ਚੈਨਲ ਵਾਲੇ ਆਦੇ ਨੇ ਏਡਾ ਲੰਮਾ ਬੂਥ ਜੀ, ਤਾਂ ਫਲਾਨ ਜੀ, ਤੁਹਾਨੂੰ ਉਹਨਾਂ ਨੂੰ ਪਤਾ ਹੀ ਨਹੀਂ ਵੀ ਨੀਲੀ ਹੁੰਦੀ ਕੀ ਚੀਜ਼ ਹੁੰਦੀ ਹੈ। ਇਹ ਨੀਲੀ ਹੁੰਦੀ ਫਿਨੀਆ ਨਾਸਾ, ਛੋਟੀ ਜੀ ਬੂਥੀ ਬੂਥੀ। ਇਹਨਾਂ ਦਾ ਬਾਡੀ ਸਟਰਕਚਰ ਹੀ ਆਪਣਾ ਹੁੰਦਾ, ਇਹਨਾਂ ਦੇ ਕੱਦ ਨਹੀਂ ਨੀਲੀ ਦੀਆਂ ਦੇ ਵੱਡੇ ਹੁੰਦੇ, ਆਪਣੀ ਬਾਡੀ ਦੇ ਹਿਸਾਬ ਨਾਲ ਜਿਹੜੀਆਂ ਸੋਹਣੀ ਲੱਗਦੀਆਂ। ਕਿੰਨੇ ਮਹੀਨਿਆਂ ਦੀ ਪ੍ਰੈਗਨੈਂਟ ਹੈ ਇਹ? 7ਵੇਂ ਮਹੀਨੇ ਜਾਂਦੀ ਪਈ ਰਹਿ ਸਾਹਿਬ। ਵਾਓ ਹੈ ਇਹਨਾਂ ਦੀ ਥਣਾਂ ਦੀ ਥਣ, ਮਾਸ਼ਾਅੱਲਾ। ਵੇਖੋ ਨਾ, ਪੱਟੀ ਖਲੋਤੀ, ਤਲੀ ਤਲੀ ਪੱਟੀ ਖਲੋਤੀ ਹੈ, ਬਿਲਕੁਲ ਸਹੀ ਹੋ ਗਈ। ਅੱਜ ਜੋਟੀ ਗੇਟ ਗੇਟ ਤੇ ਆਪਣੀ ਵਿਦਾ ਲਈ ਫਿਰਦੀ ਲਈ ਫਿਰਦੀ ਪਹਿਲੇ ਨੰਬਰ ਤੇ। 9ਵੇਂ ਮਹੀਨੇ, 8ਵੇਂ ਚ ਕਿ 7ਵੇਂ? 7ਵੇਂ ਮਹੀਨੇ ਚ, ਐਵੇਂ ਝੂਠ ਮਾਰ ਕੇ ਮਾਲ ਨਹੀਂ ਵੇਚਣਾ। ਅਗਲੀ ਜੋਟੀ ਤੁਸੀਂ ਅਸਾਂ ਦੱਸੀ, ਤੁਹਾਨੂੰ 6ਵੇਂ ਮਹੀਨੇ ਤੁਸੀਂ ਡਾਕਟਰ ਲੈਣ ਦਾ ਆਪਣੀ ਪਾਸ ਕਰਾਈ ਨੇ, 6ਵੇਂ ਚ ਨਿਕਲੀਏ ਇਹ ਗੱਲ ਇਵੇਂ। ਇਨਸ਼ਾਅੱਲਾ 7ਵੇਂ ਮਹੀਨੇ ਜੋਟੀ ਪਾਸ ਹੈ, 7ਵੇਂ ਮਹੀਨੇ ਚ ਪਾਸ ਹੈ ਜੀ। ਬਾਕੀ ਮੈਂ ਤੁਹਾਨੂੰ ਦੱਸਦਾ ਚੱਲਾਂ, ਜਿਹੜੀ ਚੋਟੀ ਇੱਥੇ ਜੋਟੀ ਦਾ ਪੁੱਠੇ ਤੇ ਖੁੱਡੇ ਤੇ ਲਾ ਕੇ ਵਿਖਾ ਬਈ, ਅਸੀਂ ਇਤਨੀ ਚੈੜੀ ਜੋਟੀ, ਹਾਂਜੀ, ਤੇ ਡਾਕਾਂ ਵੇਖ ਕਿੱਥੇ ਕਿੱਥੇ ਚੱਕੀ ਹੋਈਆਂ, ਤੇ ਪੁੱਠੇ ਤੇ ਖੁੱਡੇ ਦਾ ਹਿਸਾਬ ਨਹੀਂ ਹੁੰਦਾ ਜੋਟੀ ਦਾ। ਵਾਹ ਬਾਈ, ਸੋਹਣੀ ਹੈ ਮਾਸ਼ਾਅੱਲਾ। ਤੇ ਪਾਠ ਮਾਈ ਨੂੰ ਪੂਰਾ, ਕੋਈ ਪਤਲੀ ਲੱਤ ਨਹੀਂ, ਕੋਈ ਨਹੀਂ ਪਾਠ ਤੇ ਗੋਬ ਮੱਜਦੀ ਜਿਹੜੀ ਹੈ ਨਾ, ਆਪਣੇ ਖਾਸ ਦਰਿਆਏ ਸਤਲੁਜ ਦੀ ਹੈ, ਨੀਲੀ ਬਾਰ ਦੀ, ਨੀਲੀ ਦੀ। ਅੱਛਾ, ਤੇ ਇਹ ਕੋਈ ਬੰਦਾ ਜੇ ਲਵੇ, ਇਹ ਕਿਵੇਂ ਦਾ ਨਿਸ਼ਾਨ ਹੈ ਜੋਟੀ ਨੂੰ? ਉੱਤੋਂ ਵੇਖ ਕਿਤਨੀ ਪਧਰੀ ਪਈ ਤੇ ਚੌੜੀ ਜਿਵੇਂ ਮੰਜਾ ਪਾਲ ਉੱਤੇ। ਅੱਛਾ, ਮੈਨੂੰ ਇਹ ਦੱਸ ਵੀ ਥਣਾ ਦੀ ਬੜੀ ਸੋਹਣੀ ਮਾਸ਼ਾਅੱਲਾ ਥੱਲੋਂ ਜਿਹੜੀ ਨਾ ਤਲੀ ਪੱਟੀ ਖਲੋਤੀ ਖਲੋ ਪੁੱਤਰਾ ਹੈ, ਇਹ ਜੀ ਥਣ ਦੀ ਵੰਡ ਬਹੁਤ ਪਿਆਰੀ ਹੈ, ਬੜਾ ਠੀਕ ਹੋ ਗਿਆ ਖੁੱਲਾ ਥਣ। ਅੱਜ ਭਾਵੇਂ ਡਾਕਟਰ ਲੈ ਆਵੇ, ਪਾਸ ਕਰਾਵੇ, ਆਪਾਂ ਨਹੀਂ ਡਾਕਟਰ, ਅਸੀਂ ਤੇ ਇਸ ਗੱਲ 'ਚ ਅਗਲੇ ਪੈਸੇ ਨਹੀਂ ਭਰਨੇ ਹੁੰਦੇ। ਅੱਛਾ, ਹੁਣ ਆ ਜਾਓ, ਇਸ ਗੱਲ 'ਚ ਖੁਸ਼ੀ ਹੈ ਬਈ ਆਪਣਾ ਡਾਕਟਰ ਲਿਆ ਕੇ। ਮੈਂ ਬਸ ਆ ਗਿਆ ਤੇਰੇ ਪਿੱਛੇ, ਕਾਲਾ ਮੈਂ ਪਿਆ, ਇੱਕ ਮਿੰਟ ਸਿਰਫ। ਲਓ ਜੀ, ਸਾਡਾ ਡਰਾਈਵਰ ਵੀ ਕਾਲਾ ਪਿਆ, ਖਲੋ ਆ ਜੋਟੀ 8ਵੇਂ ਮਹੀਨੇ 'ਚ। ਅੱਛਾ, ਇਹਨੂੰ ਟੋਲੀ ਥੋੜੀ ਜਿਹੀ ਅੱਗੇ, 7 ਗੁਜ਼ਾਰੀ ਖਲੀਏ ਥੱਲਿਓਂ ਵੇਖ ਲਓ, ਮਾਸ਼ਾਅੱਲਾ ਸੂਹ ਨਾਲ ਅੱਜ ਚੱਡਾ ਲਾਈ ਕਰੀਆ, ਵੇਖ ਲੈ ਮਾਸ਼ਾਅੱਲਾ, ਬਿਲਕੁਲ ਸਹੀ ਤਲੀ ਪੱਟੀ ਖਲੋਤੀ ਹੈ ਜੀ, ਤੇ ਸਿੰਗਾ ਲੱਡੀ, ਹਾਂਜੀ, ਸਿਰ ਦੀ ਜਿਹੜੀ ਖੂਬਸੂਰਤੀ ਕਮਾਲ ਦੀ ਪਰ ਟੋਰੇ ਨਾ, ਬਿਲਕੁਲ ਠੋਕ ਕੇ ਕਾਠ ਦੇ ਵਿੱਚ ਲਾਈ ਹੋਇਆ। ਨਵਾਬ ਅਗਲੀ ਸਾਈਡ ਤੇ ਹੋਣ ਦੀ ਗੱਲ ਮਕਾਈਏ, ਮਾਸ਼ਾਅੱਲਾ ਜੀ ਥੱਲੋਂ ਜਿਹੜੀ ਬਣੇਗੀ, ਅੱਲਾ ਦੇ ਚੈੱਕ ਕਰ, ਕਮਾਲ ਛੋਟੀਆਂ ਛੋਟੀਆਂ ਬੂਥੀਆਂ ਜਿਹੜੀ ਲਈ ਹੈ, ਉਹਦੀ ਬੂਥੀ ਵੇਖ, ਇਹਦੀ ਬੂਥੀ ਵੇਖ, ਨੀਲੀ, ਇਸ ਚੀਜ਼ ਦਾ ਨਾਮ ਨੀਲੀ ਦਾ ਨਾਮ ਹੈ। ਅੱਛਾ, ਇਹਦਾ ਦੱਸੋ, ਨਾ ਕੋਈ ਸਿੰਗਾ ਲੱਡੀ ਹੈ ਚ ਨੀਲੀ ਹੈ ਤੇ ਨਾ ਕੋਈ ਕਿਸੇ ਗੱਲ ਵਿੱਚ ਨੀਲੀ, ਆਪਣੇ ਕੰਮ ਤੋਂ ਨੀਲੀ ਪਛਾਣੀ ਜਾਂਦੀ, ਜਿਹੜੇ ਦੋਸਤ ਮੱਝਾ ਰੱਖਦੇ ਨਾ ਉਹਨਾਂ ਨਾਲ ਵੇਖ ਲੈਣਾ ਵੀ ਨੀਲੀ ਕੀ ਹੈ। ਅੱਛਾ ਨਵਾਬ ਭਾਈ, ਅਸੀਂ ਵੀ ਨਿਕਲਣਾ ਪਈ, ਕੱਟੀ ਦੀ ਗਰਦਨ ਵੇਖ, ਇਹ ਵੇਖਾਂ ਹੱਥ ਦੇ ਵਿੱਚ ਚੂੜੀ ਬਾਤਰੀ ਪਈ ਹੋਈ ਹੈ ਤੇ ਗਾਨੀ ਪੈ। ਅੱਛਾ, ਮੈਨੂੰ ਇਹ ਦੱਸੋ, ਇਹ 9ਵੇਂ ਮਹੀਨੇ 'ਚ? ਇਹ 8ਵੇਂ ਮਹੀਨੇ 'ਚ। 8ਵੇਂ ਮਹੀਨੇ ਦੇ ਵਿੱਚ ਸੋਹਣਾ ਥੱਲੇ ਗੋਲੇ ਜਿਹੜਾ ਥਾਣ ਬਣਾ ਪਿਆ ਹੈ, 7 ਕ੍ਰਾਸ, ਇਹ ਵੇਖ ਲਓ, ਇਹ ਸੂ ਨਾਲ ਬਿਲਕੁਲ ਵਟਾ ਸੂ ਤੱਕ, ਇਹ ਵੇਖ, ਹਾਂਜੀ, ਕੱਲਾ 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 ਥਾਣ। ਜ਼ਿੰਦਾਬਾਦ।
ਤੇ ਜੀ ਸਰ ਤਿਆਰ ਹੋਣਾ ਬਿਲਕੁਲ ਇਹਨਾਂ ਦਾ ਲੇਖਾ ਸ਼ੇਖਾ ਤੇ ਕੀ ਹਿਸਾਬ ਸੂਬੇ ਹੈ? ਇਹ ਜਿਹੜੇ ਬਿਰਾਨ ਪਸੰਦ ਆਵੇ ਨਾ ਉਹ ਤੁਹਾਡੇ ਨਾਲ ਖੁਦ ਅਟੈਚ ਹੋ ਕੇ ਖਰੀਦਦਾਰੀ ਕਰ ਸਕਦਾ ਹੈ। ਜਿਹੜਾ ਬੰਦਾ ਕੋਈ ਹੀਰੇ ਦੀ ਕੋਈ ਹੀਰੇ ਦੀ ਗੱਲ ਜਿਹੜਾ ਬੰਦਾ ਇੰਤਜ਼ਾਮ ਦੀ ਪਰਖ ਜਾਂ ਪਛਾਣ ਰੱਖ ਸੀ ਉਸ ਬੰਦੇ ਨਾਲ ਗੱਲ ਕਰ ਲਵੇ। ਇੱਕ ਹੋਰ ਗੇੜਾ ਪਰਾਂ ਨੂੰ ਦੇ ਦਿਆ ਜਿਵੇਂ ਨਾ। ਬਾਕੀ ਯਾਰ ਜੀ ਹੁਸਨ ਦੀਆਂ ਕਮਾਲ ਇਸ ਨਾਲ ਹੀ ਆਪਣੇ ਮੇਜ਼ਬਾਨ ਰਾਏ ਸਾਕਬ ਅਲੀ ਨੂੰ ਇਜਾਜ਼ਤ ਦਿਓ, ਨਵਾਬ ਬਾਈ ਪਿੱਛੋਂ ਅੱਗੇ ਨੂੰ ਟੋਰ ਦਿਓ। ਇੱਕ ਲਾਜਵਾਬ ਵੀਡੀਓ ਨਾਲ ਹਾਜ਼ਰ ਹੋਵਾਂਗੇ। ਪਾਕਿਸਤਾਨ ਜ਼ਿੰਦਾਬਾਦ। ਲਾਲੇ ਇਧਰ ਹੋਇਆ ਥੋੜ੍ਹਾ ਮਾਸ਼ਾਅੱਲਾ। ਅੱਲਾ ਪਾਕ ਖੈਰ ਕਰੇ ਜੀ। ਇਨਸ਼ਾਅੱਲਾ ਤਾਲਾ ਅੱਠਵੇਂ ਮਹੀਨੇ 'ਚ ਜਾ ਰਹੀ ਹੁਣ ਅਸੀਂ ਵੀ। ਇਜਾਜ਼ਤ ਹੈ ਭਾਈ ਆਪਣਾ ਨਵਾਬ? ਬਿਲਕੁਲ ਜੀ ਇਜਾਜ਼ਤ। ਮਜ਼ਾ ਆਇਆ ਜਨਾਬ ਮਾਸ਼ਾਅੱਲਾ। ਡਰਾਈਵਰ ਸਾਹਿਬ ਚਲੋ ਆ ਜਾਓ। ਇਹ ਜੀ ਅਸੀਂ ਖਰੀਦਦਾਰੀ ਕੀਤੀ ਝੋਟੀ ਦੀ ਭਾਈ ਨਵਾਬ ਕੋਲੋਂ। ਇਹ ਜਾ ਰਹੀ ਆਰਫ ਵਾਲੇ ਤੇ ਅੱਲਾ ਪਾਕ ਇਹਨੂੰ ਖੈਰੀ ਸਲਾਮਤੀ ਇਹਦੀ ਮੰਜ਼ਲੇ ਮਸੂਦ ਤੇ ਪਹੁੰਚਾਵੇ। 7 ਲੱਖ ਦੀ ਝੋਟੀ ਜਿਹੜੀ ਲੈ ਬਸ ਅੱਲਾ ਕਰੇ ਦੁਆ ਕਰੋ ਇਨਸ਼ਾਅੱਲਾ ਤਾਲਾ। ਪਾਕਿਸਤਾਨ ਜ਼ਿੰਦਾਬਾਦ ਤੇ ਭਾਈ ਨਵਾਬ ਚੰਨੜ ਵੀ ਜ਼ਿੰਦਾਬਾਦ ਜੀ।